ਭਗਵੰਤ ਮਾਨ ਅਤੇ ਸਾਬਕਾ ਵਿੱਤ ਮੰਤਰੀ ਤੇ ਬੀਜੇਪੀ ਲੀਡਰ ਮਨਪ੍ਰੀਤ ਸਿੰਘ ਬਾਦਲ ਵਿਚਾਲੇ ਟਵਿੱਟਰ ਦੇ ਸ਼ਬਦੀ ਵਾਰ ਵੇਖਣ ਨੂੰ ਮਿਲ ਰਹੇ ਹਨ ਤੇ ਇੱਧਰ ਚੁੱਪ ਚੁੱਪੇ ਤੇ ਵਿਜੀਲੈਂਸ ਨੇ ਵੀ ਆਪਣੀ ਚਲ ਚਲ ਦਿੱਤੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ ਕਿਉਂਕਿ ਵਿਜੀਲੈਂਸ ਹੱਥ ਅਜਿਹੇ ਤੱਥ ਲੱਗੇ ਹਨ ਜਿਸ ਨਾਲ ਮਨਪ੍ਰੀਤ ਸਿੰਘ ਬਾਦਲ ਤੇ ਸ਼ੱਕ ਦੀਆਂ ਸੂਈਆਂ ਆ ਖੜੀਆਂ ਨੇ। ਜੀ ਹਾਂ, ਵਿਜੀਲੈਂਸ ਨੂੰ ਮਿਲੇ ਦਸਤਾਵੇਜ਼ ਤੋਂ ਇਹ ਪਤਾ ਲੱਗਿਆ ਹੈ ਕਿ ਉਹਨਾਂ ਵੱਲੋਂ ਘੱਟ ਕੀਮਤ ਤੇ ਪਲੋਟ ਦੀ ਰਜਿਸਟਰੀ ਕਰਵਾ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਗਿਆ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਲਾਟ ਦੀ ਰਜਿਸਟਰੀ 16,000 ਰੁਪਏ ਪ੍ਰਤੀ ਕੱਚ ਦੇ ਹਿਸਾਬ ਦੇ ਨਾਲ ਕਰਵਾਈ ਗਈ, ਜਦਕਿ BDA ਨੇ ਇਸ ਪਲਾਟ ਦੀ ਬੋਲੀ 25,371 ਰੁਪਏ ਦੇ ਹਿਸਾਬ ਨਾਲ ਤੋੜੀ ਸੀ। ਇਸ ਹਿਸਾਬ ਨਾਲ ਪਲਾਟ ਦੀ ਰਜਿਸਟਰੀ ਵਿੱਚ ਕਰੀਬ 14 ਲੱਖ ਰੁਪਏ ਦੀ ਟੈਕਸ ਚੋਰੀ ਹੋਈ ਹੈ। ਦੂਜੇ ਪਾਸੇ ਆਮਦਨ ਕਰ ਦੀ ਅਲੱਗ ਚੋਰੀ ਹੋਈ ਹੈ। ਸਰਕਾਰੀ ਸੂਤਰਾਂ ਅਨੁਸਾਰ ਜਦੋਂ ਇਹਨਾਂ ਪਲਾਟਾਂ ਦੀ ਈ ਨਿਲਾਮੀ ਸ਼ੁਰੂ ਕੀਤੀ ਗਈ ਸੀ ਤਾਂ ਪੋਰਟਲ 'ਤੇ ਪਲਾਟਾਂ ਦਾ ਅਜਿਹਾ ਨਕਸ਼ਾ ਅਪਲੋਡ ਕੀਤਾ ਗਿਆ ਸੀ ਜਿਸ ਵਿੱਚ ਪਲਾਟ ਦੇ ਨੰਬਰ ਬਾਰੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ। ਇਸ ਕਾਰਨ ਪੋਰਟਲ ਖੁੱਲ੍ਹੇ ਹੋਣ ਤੇ ਬਾਵਜੂਦ ਵੀ ਕਿਸੇ ਵੀ ਉਕਤ ਪਲਾਟ ਲੈਣ ਲਈ ਅਪਲਾਈ ਨਹੀਂ ਕੀਤਾ ਅਤੇ ਪਲਾਟਾਂ ਦੀ ਨਿਲਾਮੀ ਲਈ ਇਹ ਪੋਰਟਲ 17 ਸਤੰਬਰ ਤੋਂ 27 ਸਤੰਬਰ ਯਾਨੀ 10 ਦਿਨਾਂ ਦੇ ਲਈ ਖੋਲ੍ਹਿਆ ਗਿਆ ਸੀ ਅਤੇ ਨਕਸ਼ੇ ਤੋਂ ਪਲਾਟ ਨੰਬਰ ਨਾ ਮਿਲਣ ਕਾਰਨ ਪਹਿਲੇ 9 ਦਿਨਾਂ ਤੱਕ ਕਿਸੇ ਨੇ ਵੀ ਅਪਲਾਈ ਨਹੀਂ ਕੀਤਾ। ਫਿਰ ਆਖਰੀ 10ਵੇਂ ਦਿਨ ਇੱਕ ਹੀ ਲੈਪਟਾਪ ਭਾਵ ਇੱਕ ਹੀ IP ਐਡਰੈਸ ਤੋਂ ਇਹਨਾਂ ਪਲਾਟਾਂ ਲਈ ਅਪਲਾਈ ਕੀਤਾ ਗਿਆ ਸੀ। ARG ਸ਼ੱਕ ਦੇ ਘੇਰੇ ਦੇ ਵਿੱਚ ਹਨ ਕਿਉਂਕਿ ਜਦੋਂ ਇਹ ਨਹੀਂ ਪਤਾ ਕਿ ਪਲਾਟ ਕਿਹੜੇ ਹਨ ਤਾਂ ਆਨਲਾਈਨ ਬੋਲੀ ਕਿਵੇਂ ਕੀਤੀ ਜਾ ਸਕਦੀ ਹੈ। ਇਹ ਵੀ ਸ਼ੱਕ ਹੈ ਕਿ ਘੇਰੇ ਦੇ ਵਿੱਚ ਬਿਨੈਕਾਰਾਂ ਨੇ ਇੱਕ ਹੀ ਲੈਪਟਾਪ ਤੋਂ ਬੋਲੀ ਕਿਵੇਂ ਦਿੱਤੀ ਹੈ ਅਤੇ ਵਿਜੀਲੈਂਸ ਦੀ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹਨਾਂ ਪਲਾਟਾਂ ਦੀ 27 ਸਤੰਬਰ ਨੂੰ ਨਿਲਾਮੀ ਹੁੰਦੀ ਹੈ ਅਤੇ 4 ਅਤੇ 5 ਅਕਤੂਬਰ ਨੂੰ 63,34,00,000 ਰੁਪਏ ਦੀ ਅਦਾਇਗੀ ਰਾਜੀਵ ਕੁਮਾਰ ਅਤੇ ਵਿਕਾਸ ਚੋਪੜਾ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹੈ, ਜਦੋਂ ਕਿ ਉਸ ਸਮੇਂ ਤੱਕ ਉਹਨਾਂ ਨੂੰ BDA ਵੱਲੋਂ ਕੋਈ ਅਲਾਟਮੈਂਟ ਪੱਤਰ ਨਹੀਂ ਮਿਲਿਆ ਸੀ। ਯਾਨੀ ਕਿ ਪਹਿਲੇ ਖਰੀਦਦਾਰਾਂ ਨੂੰ ਵੀ ਆਪਣੇ ਪਲਾਟ ਦੀ ਜਾਣਕਾਰੀ ਨਹੀਂ ਸੀ ਕਿ ਉਹਨਾਂ ਦੇ ਪਲਾਟ ਕਿਹੜੇ ਹਨ, ਫਿਰ ਮਨਪ੍ਰੀਤ ਸਿੰਘ ਬਾਦਲ ਨੇ ਬਿਨਾਂ ਦੇਖੇ ਪਲਾਟ ਕਿਵੇਂ ਖਰੀਦ ਲਏ ਤਾਂ ਵਿਜੀਲੈਂਸ ਦੀ ਸ਼ੱਕ ਦੀਆਂ ਸੂਈਆਂ ਹੇਠ ਮਨਪ੍ਰੀਤ ਸਿੰਘ ਬਾਦਲ ਆ ਗਏ ਨੇ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਦੀਆਂ ਮੁਸੀਬਤਾਂ ਹੋਰ ਵੱਧ ਸਕਣ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼, ਤੇ ਮੈਂ ਸਿਮਰਨ ਧਾਲੀਵਾਲ। ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਵਿਜੀਲੈਂਸ ਦੀ ਜਾਂਚ ਦੇ ਸ਼ਿਕੰਜੇ ਹੇਠ ਆਏ ਮਨਪ੍ਰੀਤ ਸਿੰਘ ਬਾਦਲ ਦੀਆਂ ਇੱਕ ਵਾਰ ਫਿਰ ਤੋਂ ਮੁਸ਼ਕਿਲਾਂ ਵੱਧ ਸਕਦੀਆਂ ਨੇ। ਜੀ ਹਾਂ, ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਵਿੱਤ ਮੰਤਰੀ ਤੇ BJP ਲੀਡਰ ਮਨਪ੍ਰੀਤ ਸਿੰਘ ਬਾਦਲ ਵਿਚਾਲੇ ਟਵਿੱਟਰ ਦੇ ਸ਼ਬਦੀ ਵਾਰ ਵੇਖਣ ਨੂੰ ਮਿਲ ਰਹੇ ਹਨ ਤੇ ਇੱਧਰ ਚੁੱਪ ਚੁੱਪੇ ਤੇ ਵਿਜੀਲੈਂਸ ਨੇ ਵੀ ਆਪਣੀ ਚਲ ਚਲ ਦਿੱਤੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ ਕਿਉਂਕਿ ਵਿਜੀਲੈਂਸ ਹੱਥ ਅਜਿਹੇ ਤੱਥ ਲੱਗੇ ਹਨ ਜਿਸ ਨਾਲ ਮਨਪ੍ਰੀਤ ਸਿੰਘ ਬਾਦਲ ਤੇ ਸ਼ੱਕ ਦੀਆਂ ਸੂਈਆਂ ਆ ਖੜੀਆਂ ਨੇ। ਜੀ ਹਾਂ, ਵਿਜੀਲੈਂਸ ਨੂੰ ਮਿਲੇ ਦਸਤਾਵੇਜ਼ ਤੋਂ ਇਹ ਪਤਾ ਲੱਗਿਆ ਹੈ ਕਿ ਉਹਨਾਂ ਵੱਲੋਂ ਘੱਟ ਕੀਮਤ ਤੇ ਪਲੋਟ ਦੀ ਰਜਿਸਟਰੀ ਕਰਵਾ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਗਿਆ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਲਾਟ ਦੀ ਰਜਿਸਟਰੀ 16,000 ਰੁਪਏ ਪ੍ਰਤੀ ਕੱਚ ਦੇ ਹਿਸਾਬ ਦੇ ਨਾਲ ਕਰਵਾਈ ਗਈ, ਜਦਕਿ BDA ਨੇ ਇਸ ਪਲਾਟ ਦੀ ਬੋਲੀ 25,371 ਰੁਪਏ ਦੇ ਹਿਸਾਬ ਨਾਲ ਤੋੜੀ ਸੀ। ਇਸ ਹਿਸਾਬ ਨਾਲ ਪਲਾਟ ਦੀ ਰਜਿਸਟਰੀ ਵਿੱਚ ਕਰੀਬ 14 ਲੱਖ ਰੁਪਏ ਦੀ ਟੈਕਸ ਚੋਰੀ ਹੋਈ ਹੈ। ਦੂਜੇ ਪਾਸੇ ਆਮਦਨ ਕਰ ਦੀ ਅਲੱਗ ਚੋਰੀ ਹੋਈ ਹੈ। ਸਰਕਾਰੀ ਸੂਤਰਾਂ ਅਨੁਸਾਰ ਜਦੋਂ ਇਹਨਾਂ ਪਲਾਟਾਂ ਦੀ ਈ ਨਿਲਾਮੀ ਸ਼ੁਰੂ ਕੀਤੀ ਗਈ ਸੀ ਤਾਂ ਪੋਰਟਲ 'ਤੇ ਪਲਾਟਾਂ ਦਾ ਅਜਿਹਾ ਨਕਸ਼ਾ ਅਪਲੋਡ ਕੀਤਾ ਗਿਆ ਸੀ ਜਿਸ ਵਿੱਚ ਪਲਾਟ ਦੇ ਨੰਬਰ ਬਾਰੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ। ਇਸ ਕਾਰਨ ਪੋਰਟਲ ਖੁੱਲ੍ਹੇ ਹੋਣ ਤੇ ਬਾਵਜੂਦ ਵੀ ਕਿਸੇ ਵੀ ਉਕਤ ਪਲਾਟ ਲੈਣ ਲਈ ਅਪਲਾਈ ਨਹੀਂ ਕੀਤਾ ਅਤੇ ਪਲਾਟਾਂ ਦੀ ਨਿਲਾਮੀ ਲਈ ਇਹ ਪੋਰਟਲ 17 ਸਤੰਬਰ ਤੋਂ 27 ਸਤੰਬਰ ਯਾਨੀ 10 ਦਿਨਾਂ ਦੇ ਲਈ ਖੋਲ੍ਹਿਆ ਗਿਆ ਸੀ ਅਤੇ ਨਕਸ਼ੇ ਤੋਂ ਪਲਾਟ ਨੰਬਰ ਨਾ ਮਿਲਣ ਕਾਰਨ ਪਹਿਲੇ 9 ਦਿਨਾਂ ਤੱਕ ਕਿਸੇ ਨੇ ਵੀ ਅਪਲਾਈ ਨਹੀਂ ਕੀਤਾ। ਫਿਰ ਆਖਰੀ 10ਵੇਂ ਦਿਨ ਇੱਕ ਹੀ ਲੈਪਟਾਪ ਭਾਵ ਇੱਕ ਹੀ IP ਐਡਰੈਸ ਤੋਂ ਇਹਨਾਂ ਪਲਾਟਾਂ ਲਈ ਅਪਲਾਈ ਕੀਤਾ ਗਿਆ ਸੀ। ARG ਸ਼ੱਕ ਦੇ ਘੇਰੇ ਦੇ ਵਿੱਚ ਹਨ ਕਿਉਂਕਿ ਜਦੋਂ ਇਹ ਨਹੀਂ ਪਤਾ ਕਿ ਪਲਾਟ ਕਿਹੜੇ ਹਨ ਤਾਂ ਆਨਲਾਈਨ ਬੋਲੀ ਕਿਵੇਂ ਕੀਤੀ ਜਾ ਸਕਦੀ ਹੈ। ਇਹ ਵੀ ਸ਼ੱਕ ਹੈ ਕਿ ਘੇਰੇ ਦੇ ਵਿੱਚ ਬਿਨੈਕਾਰਾਂ ਨੇ ਇੱਕ ਹੀ ਲੈਪਟਾਪ ਤੋਂ ਬੋਲੀ ਕਿਵੇਂ ਦਿੱਤੀ ਹੈ ਅਤੇ ਵਿਜੀਲੈਂਸ ਦੀ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹਨਾਂ ਪਲਾਟਾਂ ਦੀ 27 ਸਤੰਬਰ ਨੂੰ ਨਿਲਾਮੀ ਹੁੰਦੀ ਹੈ ਅਤੇ 4 ਅਤੇ 5 ਅਕਤੂਬਰ ਨੂੰ 63,34,00,000 ਰੁਪਏ ਦੀ ਅਦਾਇਗੀ ਰਾਜੀਵ ਕੁਮਾਰ ਅਤੇ ਵਿਕਾਸ ਚੋਪੜਾ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹੈ, ਜਦੋਂ ਕਿ ਉਸ ਸਮੇਂ ਤੱਕ ਉਹਨਾਂ ਨੂੰ BDA ਵੱਲੋਂ ਕੋਈ ਅਲਾਟਮੈਂਟ ਪੱਤਰ ਨਹੀਂ ਮਿਲਿਆ ਸੀ। ਯਾਨੀ ਕਿ ਪਹਿਲੇ ਖਰੀਦਦਾਰਾਂ ਨੂੰ ਵੀ ਆਪਣੇ ਪਲਾਟ ਦੀ ਜਾਣਕਾਰੀ ਨਹੀਂ ਸੀ ਕਿ ਉਹਨਾਂ ਦੇ ਪਲਾਟ ਕਿਹੜੇ ਹਨ, ਫਿਰ ਮਨਪ੍ਰੀਤ ਸਿੰਘ ਬਾਦਲ ਨੇ ਬਿਨਾਂ ਦੇਖੇ ਪਲਾਟ ਕਿਵੇਂ ਖਰੀਦ ਲਏ ਤਾਂ ਵਿਜੀਲੈਂਸ ਦੀ ਸ਼ੱਕ ਦੀਆਂ ਸੂਈਆਂ ਹੇਠ ਮਨਪ੍ਰੀਤ ਸਿੰਘ ਬਾਦਲ ਆ ਗਏ ਨੇ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਦੀਆਂ ਮੁਸੀਬਤਾਂ ਹੋਰ ਵੱਧ ਸਕਣ।